ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੀ ਪ੍ਰਧਾਨਗੀ ਹੇਠ ਜੋਹਾਨ ਜੋਹਾਨਸਬਰਗ ਦੇ ਵਿੱਚ ਜਿਹੜਾ ਹੋਣ ਵਾਲੇ 15ਵੇਂ ਵਿਕਰਮ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਾਸ਼ਪਤੀ ਸਿਰਲ ਦੇ ਸੱਦੇ ਤੇ 22 ਤੋਂ 24 ਅਗਸਤ ਤੱਕ ਦੱਖਣੀ ਅਫਰੀਕਾ ਦਾ ਦੌਰਾ ਕਰ ਰਹੇ ਨੇ। ਜੋਹਾਨਸਬਰਗ ਦੇ ਲਈ ਪੀਐਮ ਮੋਦੀ ਰਵਾਨਾ ਹੋ ਚੁੱਕੇ ਨੇ 15ਵੇਂ ਵਿਕਰਮ ਸੰਮੇਲਨ ਦੇ ਵਿੱਚ ਪੀਐਮ ਮੋਦੀ ਸ਼ਾਮਲ ਹੋਣਗੇ ਦੱਸ ਦੇ ਕਿ ਰਾਸ਼ਪਤੀ ਸਿਰਲ ਨੇ ਸੱਦਾ ਦਿੱਤਾ ਸੀ ਤੇ 22 ਤੇ 24 22 ਤੋਂ ਲੈ ਕੇ 24 ਅਗਸਤ ਤੱਕ ਦੱਖਣੀ ਅਫਰੀਕਾ ਤੇ ਦੌਰੇ ਤੇ ਪੀਐਮ મોદી ਰਹਿਣਗੇ